मेरा भरा नशे का आदि हो चुका है, वो बहुत ज्यादा सुधर गया तो मैं समझा कि नशा बंद हो गया, घर ना उच्चन नशा बंद कर दो। ਇਹ ਅਥਰੂ ਉਸ ਭੈਣ ਦੇ ਨੇ ਜਿਸ ਦਾ ਭਰਾ ਨਸ਼ਿਆਂ ਦੀ ਦਲਦਲ 'ਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਇਹ ਭੈਣ ਆਪਣੇ ਭਰਾ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣਾ ਚਾਹੁੰਦੀ ਹੈ। ਗੁਰਦਾਸਪੁਰ ਦੇ ਕਸਬਾ ਅਲੀਵਾਲ ਦੇ ਇੱਕ ਪਿੰਡ ਦੇ ਰਹਿਣ ਵਾਲੇ ਇਹਨਾਂ ਭੈਣ ਭਰਾ ਦੇ ਮਾਤਾ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਹਨਾਂ ਦੋਵਾਂ ਨੇ ਕੜੀ ਮਿਹਨਤ ਨਾਲ ਘਰ ਦਾ ਕੀਮਤੀ ਸਮਾਨ ਬਣਾਇਆ, ਫਿਰ ਥੋੜੇ ਸਮੇਂ ਬਾਅਦ ਦੋਵਾਂ ਦੇ ਵਿਆਹ ਵੀ ਹੋ ਗਏ। ਪਰ ਭਰਾ ਗਲਤ ਰਾਹ ਤੇ ਤੁਰ ਪਿਆ ਤੇ ਨਸ਼ਾ ਤਸਕਰਾਂ ਨਾਲ ਮਿਲ ਕੇ ਨਸ਼ਾ ਵੇਚਣ ਤੇ ਕਰਨ ਦਾ ਆਦੀ ਹੋ ਗਿਆ। ਇਸ ਨੌਜਵਾਨ ਦੀ ਪਤਨੀ ਵੀ ਇਸ ਨੂੰ ਛੱਡ ਕੇ ਪੇਕੇ ਜਾ ਚੁੱਕੀ ਹੈ। ਨਸ਼ੇ ਦੀ ਪੂਰਤੀ ਲਈ ਇਸ ਨੇ ਘਰ ਦਾ ਸਾਰਾ ਸਮਾਨ ਤੇ ਹਿੱਸੇ ਆਈ ਕੁਝ ਜ਼ਮੀਨ ਤੱਕ ਵੇਚ ਦਿੱਤੀ। ਮੇਰਾ ਭਰਾ ਨਸ਼ੇ ਦਾ ਆਦੀ ਹੋ ਚੁੱਕਿਆ ਹੈ, ਉਹ ਬਹੁਤ ਜ਼ਿਆਦਾ ਨਸ਼ਾ ਪੀਂਦਾ ਵੀ ਹੈ ਤੇ ਨਸ਼ਾ ਵੇਚਦਾ ਵੀ ਆ। ਅਸੀਂ ਥਾਣੇ ਕਿੰਨੀ ਵਾਰੀ ਕੰਪਲੇਂਟ ਕੀਤੀ, 181 ਤੇ ਕੰਪਲੇਂਟ ਕੀਤੀ, ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ। ਉਹਨੇ ਆਪਣੇ ਹਿੱਸੇ ਦੀ ਸਾਰੀ ਜ਼ਮੀਨ ਵੇਚ ਦਿੱਤੀ ਆ, ਘਰ ਦਾ ਸਾਰਾ ਜਾ ਕੇ ਵੇਖੋ, ਘਰ ਦਾ ਸਮਾਨ ਸਾਰਾ ਵੇਚ ਦਿੱਤਾ ਹੈ। ਇਸ ਮਹਿਲਾ ਮੁਤਾਬਿਕ ਉਸਨੇ ਆਪਣੇ ਭਰਾ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣ ਲਈ ਕਈ ਵਾਰ ਪੁਲਿਸ ਦਾ ਦਰਵਾਜ਼ਾ ਖਟਖਟਾਇਆ, ਪਰ ਪੁਲਿਸ ਨਹੀਂ ਜਾਗੀ। ਹੁਣੀ ਚਾਹੀਦੀ ਬੜੀ ਵਾਰੀ ਦਰਖਾਸਤਾਂ ਦਿੱਤੀਆਂ ਨੇ, ਕਹਿੰਦੇ ਅੱਜ ਫੜਾਂਗੇ ਕੱਲ ਫੜਾਂਗੇ। ਉਹ ਸ਼ਰੇਆਮ ਪੀਂਦਾ ਹੈ, ਉਹਦੇ ਘਰ ਜਾ ਕੇ ਵੇਖੋ, ਲਾਈਟਰ ਪੀਣ ਦਾ ਸਮਾਨ ਸਾਰਾ ਹੀ ਉਹਦੇ ਘਰ ਮੌਜੂਦ ਆ। ਕੋਈ ਕਾਰਵਾਈ ਹੋਣੀ ਚਾਹੀਦੀ ਆ। ਉਧਰ ਨਸ਼ਿਆਂ ਦੀ ਗ੍ਰਿਫਤ 'ਚ ਫਸਿਆ ਨੌਜਵਾਨ ਕੀ ਕਹਿ ਰਿਹਾ ਹੈ, ਇਹ ਵੀ ਸੁਣੋ। ਸਰ ਜ਼ਰੂਰਤ ਹੀ, ਚਲੋ ਮੈਂ ਕੁਝ ਵੀ ਕਰਦਾ ਵਾਂ, ਭਾਵੇਂ ਮੈਂ ਨਸ਼ਾ ਖਾਂਦਾ, ਭਾਵੇਂ ਮੈਂ ਜੋ ਮਰਜ਼ੀ ਕਰਦਾ, ਮੈਂ ਕਿਸੇ ਦੀ ਚੋਰੀ ਚਕਾਰੀ ਤਾਂ ਨਹੀਂ ਕੀਤੀ, ਮੈਂ ਆਪਣਾ ਸਮਾਨ ਵੇਚਿਆ। ਮੈਂ ਆਪਣਾ ਸਮਾਨ ਵੇਚਿਆ ਜਿਹੜਾ ਮੈਂ ਖਰੀਦਿਆ ਆਪਣੇ ਹੱਥੀਂ, ਮੈਂ ਆਪਣਾ ਵੇਚ ਲਿਆ। ਮੈਂ ਕਿਸੇ ਦੇ ਗਾੜੀ ਹੱਥ ਨਹੀਂ ਡਾਇਆ, ਜਾਂ ਮੈਂ ਇਹਨਾਂ ਦੇ ਬੂਹੇ ਦੇ ਗਾੜੀ ਜਾ ਕੇ ਬੈਠਾ ਆ ਵੀ ਮੈਨੂੰ ਪੈਸੇ ਦਿਓ। ਨਹੀਂ ਛੱਡਿਆ ਨਹੀਂ ਜਾ ਸਕਦਾ। ਛੱਡਿਆ ਸਰ ਮੈਂ, ਹੁਣ ਤਾਂ ਛੱਡਿਆ ਆ, ਹੁਣ ਤਾਂ ਮੈਂ ਛੱਡਿਆ, ਤੇ ਮੈਂ ਜੋ ਮਰਜ਼ੀ ਕਰਾਂ, ਕੋਠੀ ਭਾਵੇਂ ਮੈਂ ਵੇਚ ਲਾਂ ਭਾਵੇਂ ਮੈਂ ਰੱਖ ਲਾਂ, ਇਹਨਾਂ ਦਾ ਕੋਈ ਇਹਦੇ ਵਿੱਚ ਹਿੱਸਾ ਨਹੀਂ। ਪੁਲਿਸ ਨੇ ਜਦ ਕੋਈ ਕਾਰਵਾਈ ਨਾ ਕੀਤੀ ਤਾਂ ਇਸ ਮਹਿਲਾ ਨੇ ਮੀਡੀਆ ਦਾ ਸਹਾਰਾ ਲਿਆ। ਮੀਡੀਆ ਇਸ ਘਰ 'ਚ ਪਹੁੰਚੀ ਤਾਂ ਪੁਲਿਸ ਵੀ ਇੱਥੇ ਆ ਪਹੁੰਚੀ। ਪੁਲਿਸ ਨੇ ਨੌਜਵਾਨ ਨੂੰ ਮੌਕੇ ਤੋਂ ਹਿਰਾਸਤ 'ਚ ਲੈ ਲਿਆ ਤੇ ਹੁਣ ਉਸ ਨੂੰ ਨਸ਼ਾ ਛੁਡਵਾਉਣ ਲਈ ਨਸ਼ਾ ਮੁਕਤੀ ਕੇਂਦਰ 'ਚ ਭਰਤੀ ਕਰਵਾ ਦਿੱਤਾ ਹੈ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਜਗਬਾਣੀ ਟੀਵੀ।